पंजाब प्रदेश में 19 सितंबर को पंचायत समिति व जिला परिषद के होने वाले चुनावों के नामांकन पत्र भरने की कड़ी के तहत जिला कपूरथला जिला परिषद चुनाव की कुल 10 सीटों के चुनाव लड़ने के लिए आज कपूरथला व भुलाग क्षेत्र से कुल 7 उम्मीदवारों ने सहायक डिप्टी कमिश्नर कपूरथला कंप्यूटरिंग अधिकारी राहुल चाबा को अपने नामांकन पत्र दाखिल करवाए। वही शिरोमणी अकाली बादल श्री अकाली दल अध्यक्ष बीबी जगीर कौर के दामाद युवराज भूपिंदर सिंह पूर्व चेयरमैन जिला परिषद कपूरथला की अध्यक्षता में उनकी पत्नी व अन्य दो उम्मीदवारों ने जिला परिषद चुनावों के नामांकन पत्र डिस्ट्रिक्ट चुनाव अधिकारी कम सहायक डिप्टी कमिश्नर कपूरथला को दाखिल करवाए। ਸਾਡੇ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਅੱਜ 6 ਸਤੰਬਰ ਨੂੰ ਕੁੱਲ 7 ਨੋਮੀਨੇਸ਼ਨ ਜਿਹੜੇ ਨੇ ਉਹ ਪ੍ਰਾਪਤ ਹੋਏ ਨੇ ਜ਼ੋਨ ਨੰਬਰ 4 8 9 ਅਤੇ 10 ਇਹਨਾਂ ਤੋਂ ਇਹਨਾਂ ਦੇ ਵਿੱਚ ਸਾਡੇ ਕੁੱਲ 7 ਨੋਮੀਨੇਸ਼ਨ ਫਾਰਮਸ ਨੇ ਅਤੇ ਜਿਹਦੇ ਵਿੱਚ 6 ਜਿਹੜੀਆਂ ਨੇ ਲੇਡੀਜ਼ ਨੇ ਅਤੇ ਇੱਕ ਜਿਹੜੇ ਨੇ ਮੇਲ ਕੰਟੈਸਟੈਂਟ ਨੇ ਅਤੇ ਇਹੀ ਸੂਚਨਾ ਹੈ ਇਹ ਜਿਹੜੀ ਨੋਮੀਨੇਸ਼ਨਾਂ ਨੇ ਇਹ ਕੱਲ੍ਹ ਸਵੇਰੇ 11 ਵਜੇ ਦਿਨ ਸ਼ੁੱਕਰਵਾਰ ਤਾਰੀਖ ਸਵੇਰੇ 7 ਵਜੇ 7 ਸਤੰਬਰ ਨੂੰ 11 ਤੋਂ 3 ਵਜੇ ਤੱਕ ਹੋਣਗੀਆਂ ਅਤੇ ਜਿਹੜੇ ਵੀ ਉਮੀਦਵਾਰ ਚਾਹੁੰਦੇ ਹਨ ਅਤੇ ਉਹ ਆਪਣਾ 3 ਵਜੇ ਤੱਕ ਆ ਕੇ ਇੱਥੇ ਨਾਮਜ਼ਦਗੀ ਆਪਣੀ ਪੂਰੀ ਕਰਵਾ ਸਕਦੇ ਹੈ। ਜੇ ਕੋਈ ਫੋਰਮ ਦੇ ਪ੍ਰਤੀ ਜਾਂ ਕਿਸੇ ਵੀ ਦਸਤਾਵੇਜ਼ ਦੇ ਪ੍ਰਤੀ ਜੋ ਵੀ ਕੋਈ ਸੂਚਨਾ ਪ੍ਰਾਪਤ ਕਰਨਾ ਚਾਹੁੰਦੇ ਹੈ ਤਾਂ ਨਿੱਜੀ ਤੌਰ 'ਤੇ ਮੇਰੇ ਆਫਿਸ ਆ ਕੇ ਫਾਈਲ ਜਿਹੜੀ ਆਪਣੀ ਪ੍ਰੀਚੈੱਕ ਕਰਾ ਸਕਦੇ। ਸਰ ਟੋਟਲ ਜ਼ਿਲ੍ਹਾ ਪ੍ਰੀਸ਼ਦ ਕਿੰਨੇ ਸੀਟਾਂ ਵੱਲ ਸਾਡੇ ਟੋਟਲ 10 ਸੀਟਾਂ ਨੇ ਕਪੂਰਥਲਾ ਬਲਾਕ ਸੁਲਤਾਨਪੁਰ ਫਗਵਾੜਾ ਬਲਾਕ 'ਚ ਕਿੰਨੇ ਕਿੰਨੇ ਕੈਂਡੀਡੇਟ ਖੜ੍ਹੇ ਹੈ ਫਿਲਹਾਲ? ਕਿਉਂਕਿ ਸਾਡੇ ਨਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬਲੋਕਵਾਰ ਕੋਈ ਸੂਚਨਾ ਨਹੀਂ ਹੁੰਦੀ ਕਿਉਂਕਿ ਸਾਡੇ ਕਈ ਜਿਹੜੇ ਜ਼ੋਨ ਨੇ ਉਹ ਦੋ ਦੋ ਬਲੋਕਾਂ ਦੇ ਵਿੱਚ ਵੀ ਪੈਂਦੇ ਹੈ। ਇਹ ਉਹ ਪਿੰਡਾਂ ਦਾ ਇੱਕ ਜਿਹੜਾ ਇਕੱਠ ਹੁੰਦਾ ਉਹਦੀ ਆਬਾਦੀ ਜਿਹੜੀ ਹੈ ਉਹ ਇੱਕ ਐਵਰੇਜ ਹੋਣੀ ਚਾਹੀਦੀ ਹੈ ਜਿਹਦੇ ਮੁਤਾਬਕ ਜ਼ਿਲ੍ਹੇ ਦੀ ਜਿਹੜੀਆਂ ਨੇ ਕੁੱਲ 10 ਸੀਟਾਂ ਨੇ ਅਤੇ ਉਹਨਾਂ ਨੂੰ ਪਿੰਡ ਜਿਹੜੇ ਨੇ ਉਹ ਅਸਾਈਨਡ ਨੇ ਅਤੇ ਜਿਵੇਂ ਸਾਡਾ ਜ਼ੋਨ ਨੰਬਰ 4 ਜਿਹੜਾ ਖੈੜਾ ਦੂਨਾ ਉਸ ਤੋਂ ਬਾਅਦ ਸਾਡਾ ਲਖਨ ਕਲਾਂ ਜਿਹੜਾ 8 ਨੰਬਰ ਹੈ 9 ਨੰਬਰ ਸਾਡਾ ਨੰਗਲ ਹੈ 10 ਨੰਬਰ ਸਾਡਾ ਰਮੀਦੀ ਹੈ ਉਹ ਇਸ ਢੰਗ ਨਾਲ ਹੈ ਪਿੰਡਾਂ ਦਾ ਜਿਹੜਾ ਇਕੱਠ ਹੈ ਅਤੇ ਅੱਜ ਜਿਹੜੇ ਨੇ ਫਗਵਾੜੇ ਵੱਲੋਂ ਜਿਹੜੇ ਜ਼ੋਨ ਨੇ 3 ਉਹਨਾਂ ਵਿੱਚ ਕੋਈ ਨਹੀਂ ਆਇਆ। ਇਹ ਸਾਰੇ ਜਿਹੜੇ ਜ਼ੋਨ ਨੇ ਸਾਡੇ ਭੁਲੱਥ ਹੋ ਗਿਆ ਅਤੇ ਕਪੂਰਥਲਾ ਇਹਨਾਂ ਸਬ ਡਿਵੀਜ਼ਨਸ ਦੇ ਵਿੱਚ ਹੀ ਪੈਂਦੇ ਆ। ਸਰ ਕਿਹੜੀ ਮਿਊਨਿਸਪੈਲਿਟੀ ਵੱਲੋਂ ਅੱਜ ਕਿਹੜੇ ਕੈਂਡੀਡੇਟ ਮਤਲਬ ਆਏ? ਦੇਖੋ ਜੋ ਅੱਜ ਇਹਨਾਂ ਨੇ ਫਾਈਲਾਂ ਸਬਮਿਟ ਕੀਤੀਆਂ ਅਤੇ ਇਹ ਜਿਹੜੀ 11 ਤਰੀਕ ਨੂੰ 10 ਤਰੀਕ ਨੂੰ ਦਿਨ ਸੋਮਵਾਰ
ਇਹ ਸਕਰੂਟਨੀ ਕੀਤੀ ਜਾਏਗੀ ਕਿ ਜਿਹਨੂੰ ਕਹਿੰਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਏਗੀ ਅਤੇ ਉਸ ਦੌਰਾਨ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਉਮੀਦਵਾਰ ਦੀ ਫਾਈਲ ਜਿਹੜੀ ਹੈ ਉਹ ਮੁਕੰਮਲ ਹੈ ਅਤੇ ਉਹ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਮੰਨਿਆ ਜਾਏਗਾ ਅਤੇ ਜਿਹੜੀ ਫਾਈਨਲ ਲਿਸਟ ਹੈ ਉਹ ਤਿਆਰ ਹੋਣੀ ਹੈ ਸਾਡੀ 11 ਤਰੀਕ ਦਿਨ ਮੰਗਲਵਾਰ ਨੂੰ ਸ਼ਾਮੀ 3 ਵਜੇ ਤੱਕ ਜਦ ਉਮੀਦਵਾਰ ਰਹਿ ਜਾਣਗੇ ਜਿਹੜੇ ਚੋਣ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਵਾਪਸ ਲਈ ਲਏ ਅਤੇ ਜਿਨ੍ਹਾਂ ਦੀਆਂ ਮਨਜ਼ੂਰ ਹੋ ਗਏ ਨੇ ਨਾਮਜ਼ਦਗੀ ਪੱਤਰ ਉਹਨਾਂ ਦੇ ਵਿੱਚੋਂ ਫਿਰ ਪਤਾ ਲੱਗੇਗਾ ਕਿ ਕਿੰਨੇ ਜਿਹੜੇ ਨੇ ਪਾਰਟੀਆਂ ਦੇ ਜਿਹੜੇ ਸਿੰਬਲ 'ਤੇ ਲੜ ਰਹੇ ਨੇ ਅਤੇ ਕਿੰਨੇ ਜਿਹੜੇ ਨੇ ਸਾਡੇ ਜੇ ਕੋਈ ਜ਼ੋਨ 'ਚ ਹੁੰਦਾ ਆਜ਼ਾਦ ਉਮੀਦਵਾਰ ਜ਼ਿਲ੍ਹਾ ਕਪੂਰਥਲੇ ਦੀਆਂ ਜਿਹੜੀਆਂ ਜ਼ਿਲ੍ਹਾ ਪੱਧਰ ਦੀਆਂ ਸੀਟਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਸੀਗੇ ABC ਚਾਬਾ ਸਾਹਿਬ ਦੇ ਸਾਡੇ ਹਲਕਾ ਪਲੱਖ ਦੇ ਵਿੱਚ 3 ਜ਼ਿਲ੍ਹਾ ਪਰਿਸ਼ਦ ਪੈਂਦੀਆਂ ਨੇ ਜਿਹੜੀਆਂ ਕਿ ਹਮੇਸ਼ਾ ਹੀ ਪਿਛਲੇ 15 ਸਾਲਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਨੇ ਅਤੇ ਸਰਕਾਰ ਦੇ ਵਿੱਚ ਵਾਧਾ ਕੀਤਾ ਹੈ ਅਤੇ ਅੱਗੇ ਵੀ ਸਾਨੂੰ ਪੂਰਾ ਯਕੀਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਬਹੁਤ ਵੱਡਾ ਮਾਣ ਜਿਹੜਾ ਹਲਕਾ ਪਲੱਖ ਨੂੰ ਦਿੱਤਾ ਹੈ ਅਤੇ ਸਾਡੇ ਜਿਹੜੇ ਅੱਜ ਦੇ ਕੈਂਡੀਡੇਟ ਹੈ ਨੰਗਲ ਬਾਣਾ ਜ਼ੋਨ ਤੋਂ ਬੀਬਾ ਰਜਨੀਤ ਕੌਰ ਅਤੇ ਲੱਖਣ ਕੇ ਵੱਡੇ ਜ਼ੋਨ ਤੋਂ ਬੀਬਾ ਕਵਲਜੀਤ ਕੌਰ ਅਤੇ ਸਾਡੇ ਜਿਹੜੇ ਜਨਰਲ ਕੈਟਾਗਰੀ 'ਚ ਜਿਹੜਾ ਸਾਡਾ ਹਲਕਾ ਆਇਆ ਸੀਗਾ ਤਮੀਦੀ ਜ਼ੋਨ ਉਹਦੇ ਤੋਂ ਸਾਡੇ ਸੁਖਜੀਤ ਸਿੰਘ ਜੀ ਸੰਗੋਇਲਾ ਤੋਂ ਸਰਪੰਚ ਉਹ ਚੋਣ ਲੜਨ ਜਾ ਰਹੇ ਨੇ ਅਤੇ ਬਹੁਤ ਵਧੀਆ ਮਾਹੌਲ ਜਿਹੜਾ ਪਿੰਡਾਂ 'ਚ ਬਣਿਆ ਹੋਇਆ ਜਿਹੜੇ ਲੋਕ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫਤਵਾ ਦੇ ਲਈ ਇੰਨੇ ਕਾਹਲੇ ਨੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਕਿਸ ਦਿਨ ਜਿਹੜੀਆਂ ਵੋਟਾਂ ਪੈਣ ਅਤੇ ਅਸੀਂ ਜਿਹੜਾ ਕਾਂਗਰਸ ਨੂੰ ਜਵਾਬ ਦੇ ਸਕੀਏ ਜਿਹੜੇ ਉਹਨਾਂ ਨੇ ਝੂਠੇ ਲਾਰੇ ਲਾ ਕੇ ਪੰਜਾਬ 'ਚ ਸਰਕਾਰ ਬਣਾਈ ਸੀ ਲੋਕਾਂ ਦੇ ਨਾਲ ਧੱਕਾ ਕੀਤਾ ਸੀ ਝੂਠ ਬੋਲਿਆ ਸੀ ਉਹਦਾ ਜਵਾਬ ਦੇਣ ਲਈ ਲੋਕ ਅੱਜ ਇੰਨੇ ਬੇਕਰਾਰ ਨੇ ਵੀ ਉਹ ਚਾਹੁੰਦੇ ਆ ਵੀ ਜਲਦ ਤੋਂ ਜਲਦ ਜਿਹੜੀਆਂ ਵੋਟਾਂ ਪੈਣ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਫਤਵਾ ਦਈਏ ਵੀ ਆਉਣ ਵਾਲੀ 2022 ਜਿਹੜੀ ਸਰਕਾਰ ਹੈ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਬਣਾਏਗਾ ਇਹ ਪੂਰਾ ਯਕੀਨ ਹੈ ਵਰਕਰਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਕਾਂਗਰਸ ਨੇ ਬੜੀਆਂ ਉੱਚੀਆਂ ਚਾਲਾਂ ਚੱਲੀਆਂ ਸੀਗੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਉਹ ਵੋਟ ਬੈਂਕ ਨੂੰ ਆਪਣਾ ਪੱਕਾ ਕਰਨਾ ਚਾਹੁੰਦੇ ਸੀ ਪਰ ਉਹ ਇਹ ਗੱਲ ਭੁੱਲ ਗਏ ਵੀ ਇਹ ਉਹੀ ਕਾਂਗਰਸ ਹੈ ਜਿਹਨੇ 84 'ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਇੰਨਾ ਵੱਡਾ ਘਾਣ ਲਾਇਆ ਸੀਗਾ ਵੀ ਉਹ ਅੱਜ ਤੱਕ ਜਖਮ ਜਿਹੜੇ ਆ ਉਹ ਬਰੇ ਚੱਲਦੇ ਪਏ ਨੇ ਉਹ ਪੂਰੇ ਨਹੀਂ ਹੋਏ ਅਤੇ ਉਹਨਾਂ ਨੇ ਹੋਰ ਨਵਾਂ ਦੁੱਖ ਦੇਣ ਵਾਸਤੇ ਪੰਜਾਬ ਨੂੰ ਇਹ ਕਾਲੇ ਅੱਖਰਾਂ ਦੇ ਵਿੱਚ ਲਿਖੇ ਜਾਣ ਲਈ ਉਹਨਾਂ ਨੇ ਇੱਕ ਨਵੀਂ ਚਾਲ ਚੱਲੀ ਸੀ ਪਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਬਹੁਤ ਵੱਡੀ ਨਕਾਰਤਾ ਦਿੱਤੀ ਹੈ ਉਹਨਾਂ ਦੇ ਖਿਲਾਫ਼ ਪੰਜਾਬ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸਾਰੀਆਂ ਜਿਹੜੀਆਂ ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਜਿਤਾ ਕੇ ਇਹ ਕਾਂਗਰਸ ਨੂੰ ਦੱਸੇਗਾ ਵੀ ਜਿਹੜਾ ਲੋਕ ਫਤਵਾ ਹੈ ਉਹ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਹੱਕ ਦੇ ਵਿੱਚ ਚੱਲਣ ਵਾਲਾ